ਲਓ ਵੀ ਅੱਜ ਤੁਹਾਨੂੰ ਆਪਾਂ ਰੇਟ ਦੱਸਾਂਗੇ ਸਾਰੇ, ਜਿਵੇਂ ਆ ਕੜਾਹੇ ਪਏ ਨੇ ਹੈ ਨਾ, ਅਤੇ ਤਵੀ ਵਗੈਰਾ ਲਵਲੀ ਤਵੀ ਹੈ ਅੱਛਾ ਜੀ ਵੱਡੀ ਤਵੀ ਠੀਕ ਹੈ। ਅਤੇ ਲਓ ਜੀ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਵੀ ਜਿੱਥੇ ਮੈਨੂਫੈਕਚਰਿੰਗ ਵੀ ਆਪਦੇ ਆਪ ਕਰਦੇ ਨੇ ਬਾਈ ਹੋਣੀ, ਸ਼ਹਿਰ ਮਰੇਕ ਕੋਲ ਜੀ ਹੋ ਰਹੀ ਆ, ਕੋਈ ਬਾਹਰੋਂ ਨਹੀਂ ਸਮਾਨ ਆ ਰਿਹਾ, ਖੁਦ ਬਾਈ ਹੋਣੀ ਤਿਆਰ ਕਰਦੇ ਨੇ। ਠੀਕ ਹੈ ਜੀ ਹਾਂਜੀ, ਇਹ ਸਾਰਾ ਹੀ ਆ, ਥੋੜ੍ਹੇ ਦੀਆਂ ਸੱਟਾਂ ਹੁੰਦੀਆਂ ਨੇ ਜੀ, ਦਾਣੇ ਜਿਹੜੇ ਨੇ ਜਿਹੜੇ ਹਾਂ ਹਾਂ ਜੀ ਬਿੰਦੀਆਂ ਜੀ ਠੀਕ ਆ। ਇਹ ਸੱਟ ਮਤਲਬ ਵੀਰੇ? ਇਹ ਸੱਟ ਵੀਰੇ ਹੈਂਡ ਨਾਲ ਹੀ ਸਾਰੇ, ਥੋੜ੍ਹੇ ਨਾਲ ਸੱਟ ਆ ਜੀ। ਠੀਕ ਹੈ ਹਾਂਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਅਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਨਵੇਂ ਬਲੌਗ ਦੇ ਵਿੱਚ। ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਮਰੇਕ ਕੋਲੇ, ਅਤੇ ਅੱਜ ਆਪਾਂ ਤੁਹਾਨੂੰ ਸ਼ਹਿਰ ਮਰੇਕ ਕੋਲੇ ਦਾ ਲੋਹਾ ਬਾਜ਼ਾਰ ਦਿਖਾਵਾਂਗੇ ਵੀ ਕੀ ਇਹ ਬਾਜ਼ਾਰ ਦੇ ਵਿੱਚੋਂ ਮਿਲਦਾ, ਅਤੇ ਤੁਹਾਨੂੰ ਸਾਰਾ ਅੱਜ ਦਾ ਬਾਜ਼ਾਰ ਦਿਖਾਉਣਾ ਜਿਹੜਾ ਕਿ ਬਿਲਕੁਲ ਸਦਰ ਬਾਜ਼ਾਰ ਦੇ ਨਾਲ ਹੀ ਪੈ ਜਾਂਦਾ ਸ਼ਹਿਰ ਮਰੇਕ ਕੋਲੇ। ਲਓ ਜੀ ਆਹ ਚੌਂਕ 'ਚ ਆਪਾਂ ਖੜ੍ਹੇ ਹਾਂ, ਅਤੇ ਇੱਥੋਂ ਜਿਹੜਾ ਲੋਹਾ ਬਾਜ਼ਾਰ ਸਾਰਾ ਸਟਾਰਟ ਹੋ ਜਾਂਦਾ, ਅਤੇ ਇੱਧਰ ਰਹਿ ਜਾਂਦਾ ਸਦਰ ਬਾਜ਼ਾਰ, ਅਤੇ ਇੱਧਰ ਹੈਗਾ ਲੋਹਾ ਬਾਜ਼ਾਰ। ਤੁਹਾਨੂੰ ਸਾਰਾ ਆਪਾਂ ਅੱਜ ਲੋਹਾ ਬਾਜ਼ਾਰ ਦਿਖਾਵਾਂਗੇ ਸ਼ਹਿਰ ਮਰੇਕ ਕੋਲੇ ਦਾ, ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਹਰੇਕ ਤਰ੍ਹਾਂ ਦਾ ਸਮਾਨ ਮਿਲ ਜੂ, ਜਿਵੇਂ ਕਟਰ ਵਗੈਰਾ ਹੋ ਗਏ ਹੈ ਨਾ, ਕੰਡੇ ਹੋ ਗਏ, ਅਤੇ ਹੋਰ ਵੀ ਕਾਫੀ ਤੁਹਾਨੂੰ ਘਰ ਦੀ ਜ਼ਰੂਰਤ ਦਾ ਹਰ ਸਮਾਨ ਇਹ ਬਾਜ਼ਾਰ ਦੇ ਵਿੱਚੋਂ ਮਿਲ ਜੂਗਾ, ਜਿਵੇਂ ਤੁਸੀਂ ਦੇਖ ਸਕਦੇ ਹੋ, ਜਿਵੇਂ ਆਹ ਫੋੜੇ ਪਏ ਨੇ ਹੈ ਨਾ, ਅਤੇ ਚੁੱਲ੍ਹੇ ਵਗੈਰਾ ਹੋ ਗਏ, ਬਾਕੀ ਹੋਰ ਵੀ ਕਾਫੀ ਜਿਵੇਂ ਸੰਗਲ ਹੋ ਗਏ, ਤਸਲੇ ਅਤੇ ਤਵੀਆਂ ਹੈ ਨਾ, ਸਾਰਾ ਸਮਾਨ ਤੁਹਾਨੂੰ ਇਹ ਬਾਜ਼ਾਰ ਦੇ ਵਿੱਚੋਂ ਮਿਲ ਜੂ, ਅਤੇ ਤੁਸੀਂ ਦੇਖ ਸਕਦੇ ਹੋ ਸ਼ਹਿਰ ਮਰੇਕ ਕੋਲੇ ਦਾ ਲੋਹਾ ਬਾਜ਼ਾਰ। ਅਤੇ ਲਓ ਜੀ ਐਵੇਂ ਸਾਰੇ ਭਾਂਡੇ ਹੈ ਨਾ, ਬਾਕੀ ਹੁੱਕਾਂ ਗੇਟ ਵਾਲੀਆਂ, ਹੋਰ ਵੀ ਕਾਫੀ ਸਮਾਨ ਜਿਵੇਂ ਕੰਡੇ ਵਗੈਰਾ, ਅਤੇ ਜਿਵੇਂ ਆਹ ਦੇਖੋ ਇੱਧਰ, ਅਤੇ ਇਹ ਸਾਰਾ ਸਮਾਨ ਤੁਹਾਨੂੰ ਸ਼ਹਿਰ ਮਰੇਕ ਕੋਲੇ ਦੇ ਬਾਜ਼ਾਰ ਦੇ ਵਿੱਚੋਂ ਮਿਲ ਜੂ, ਲੋਹਾ ਬਾਜ਼ਾਰ ਦੇ ਵਿੱਚੋਂ। ਅਤੇ ਸੰਗਲ ਹੋ ਗਏ, ਬਾਕੀ ਜਿਵੇਂ ਆਹ ਗੈਸ ਚੁੱਲ੍ਹੇ ਹੋ ਗਏ ਆਪਣੇ, ਦੂਏ ਸਟੋਵ ਹੋ ਗਏ ਸੱਚ, ਅਤੇ ਆਹ ਕੜਾਹੀਆਂ ਹੋ ਗਈਆਂ, ਬਾਕੀ ਆਹ ਪਿੰਜਰੇ ਹੋ ਗਏ, ਇਹ ਪਿੰਜਰੇ ਵੀ ਤੁਹਾਨੂੰ ਮਿਲ ਜਾਣਗੇ ਇੱਥੋਂ, ਅਤੇ ਬਾਕੀ ਐਵੇਂ ਚੁੱਲ੍ਹੇ ਸਾਰੇ। ਲਓ ਵੀ ਦੇਖੋ, ਅਤੇ ਆਪਾਂ ਤੁਹਾਨੂੰ ਦੂਜੀ ਸਾਈਡ ਵੀ ਦਿਖਾਵਾਂਗੇ ਸਾਰਾ ਬਾਜ਼ਾਰ ਇਹ, ਅਤੇ ਜਿਵੇਂ ਆਹ ਤਸਲੇ ਪਏ ਨੇ ਹੈ ਨਾ। ਲਓ ਜੀ, ਅਤੇ ਬਾਕੀ ਟਰੰਕ ਵਗੈਰਾ, ਹੋਰ ਵੀ ਕਾਫੀ ਸਮਾਨ ਤੁਹਾਨੂੰ ਇਹ ਬਾਜ਼ਾਰ ਦੇ ਵਿੱਚੋਂ ਮਿਲ ਜੂ, ਬਣ ਕੇ ਹਰ ਇੱਕ ਸਮਾਨ ਤੁਹਾਨੂੰ ਇੱਥੋਂ ਮਿਲ ਜੂ, ਜਿਵੇਂ ਦਾਤੀਆਂ ਕਹੀਆਂ ਹੈ ਨਾ, ਅਤੇ ਹਰ ਤਰ੍ਹਾਂ ਦਾ ਸਮਾਨ ਤੁਹਾਨੂੰ ਇਹ ਬਾਜ਼ਾਰ ਦੇ ਵਿੱਚੋਂ ਤੁਹਾਨੂੰ ਮਿਲ ਜੂਗਾ। ਅਤੇ ਜਿਵੇਂ ਆਹ ਪਏ ਟੱਬ ਪਏ ਨੇ ਹੈ ਨਾ, ਲਓ ਵੀ ਕਈਆਂ ਦੇਖੋ ਵੀ ਕਈਆਂ ਪਈਆਂ ਨੇ, ਅਤੇ ਆਹ ਪਈਆਂ ਨੇ ਜਿਵੇਂ, ਲਓ ਵੀ ਇਹ ਆ ਜੀ ਸ਼ਹਿਰ ਮਰੇਕ ਕੋਲੇ ਦਾ ਲੋਹਾ ਬਾਜ਼ਾਰ। ਅਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਕਿੱਥੋਂ ਕਿੱਥੋਂ ਆਪਣੀ ਵੀਡੀਓ ਦੇਖਦੇ ਹੁੰਦੇ ਹੋ। ਅਤੇ ਅੱਗੇ ਚੱਲਦੇ, ਕਾਫੀ ਦੂਰ ਤੱਕ ਆ ਬਾਜ਼ਾਰ ਇਹ, ਆਪਾਂ ਤੁਹਾਨੂੰ ਸਾਰਾ ਇਹ ਬਾਜ਼ਾਰ ਦਿਖਾਵਾਂਗੇ, ਅਤੇ ਦੂਜੀ ਸਾਈਡ ਵੀ ਤੁਹਾਨੂੰ ਆਪਾਂ ਦਿਖਾਵਾਂਗੇ, ਅਤੇ ਬਹੁਤ ਸਾਰੀਆਂ ਦੁਕਾਨਾਂ ਨੇ, ਅਤੇ ਕੰਡੇ ਵਗੈਰਾ ਹੈ ਨਾ, ਅਤੇ ਕਾਫੀ ਕੁਝ ਮਿਲ ਜੂ ਤੁਹਾਨੂੰ ਇਹ ਬਾਜ਼ਾਰ ਦੇ ਵਿੱਚੋਂ, ਜਿਵੇਂ ਤੁਸੀਂ ਦੇਖ ਸਕਦੇ ਹੋ। ਲਓ ਜੀ, ਅਤੇ ਜਿਵੇਂ ਆਹ ਫੋੜੇ ਪਏ ਨੇ ਸਾਹਮਣੇ ਨਾ, ਆਹ ਫੋੜੇ ਪਏ ਨੇ, ਕਈਆਂ ਪਈਆਂ ਨੇ ਹੈ ਨਾ, ਐਵੇਂ ਦਾ ਤੁਹਾਨੂੰ ਸਾਰਾ ਸਮਾਨ ਇਹ ਬਾਜ਼ਾਰ ਦੇ ਵਿੱਚੋਂ ਮਿਲ ਜੂ, ਅਤੇ ਬਾਹੇ ਅਤੇ ਹੋਰ ਵੀ ਕਾਫੀ ਤੁਹਾਨੂੰ ਸਮਾਨ ਇਹ ਬਾਜ਼ਾਰ ਦੇ ਵਿੱਚੋਂ ਮਿਲ ਜੂਗਾ, ਲੋਹੇ ਬਾਜ਼ਾਰ ਦੇ ਵਿੱਚੋਂ। ਆਹ ਦੇਖੋ ਵੀ ਸਾਰਾ ਬਾਜ਼ਾਰ ਇਹ ਸ਼ਹਿਰ ਮਰੇਕ ਕੋਲੇ ਦਾ, ਤੁਸੀਂ ਦੇਖ ਸਕਦੇ ਹੋ, ਅਤੇ ਐਵੇਂ ਲੰਬਾ ਲੰਬਾ ਹੀ ਆ ਬਾਜ਼ਾਰ ਇਹ, ਤੁਸੀਂ ਐਵੇਂ ਤੁਰ ਕੇ ਜਾਓਗੇ ਅਤੇ ਐਵੇਂ ਮੈਂ ਕੜਾਹੀਆਂ ਪਈਆਂ ਨੇ ਨਾ, ਮੈਂ ਆਹ ਦੇਖੋ ਸਾਰਾ ਐਵੇਂ ਦਾ ਬਾਜ਼ਾਰ ਆ ਜੀ ਸ਼ਹਿਰ ਮਰੇਕ ਕੋਲੇ ਦਾ। ਅਤੇ ਬਾਕੀ ਐਵੇਂ ਇੱਥੇ ਪੇਟ ਦੀਆਂ ਦੁਕਾਨਾਂ ਵੀ ਹੈਗੀਆਂ ਨੇ, ਅਤੇ ਹੋਰ ਵੀ ਕਾਫੀ ਇੱਥੇ ਜਿਹੜੀ ਦੁਕਾਨਾਂ ਨੇ ਉਹ ਹੈਗੀਆਂ ਨੇ, ਜਿਵੇਂ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਅੱਜ ਦੀ ਵੀਡੀਓ ਦੇ ਵਿੱਚ। ਅਤੇ ਅੱਗੇ ਚੱਲਦੇ ਹਾਂ, ਅੱਗੇ ਦਿਖਾਉਂਦੇ ਹਾਂ ਤੁਹਾਨੂੰ ਸਾਰਾ। ਅਤੇ ਆਹ ਜਾਲੀਆਂ ਵਗੈਰਾ ਇਹ ਸਾਰੀਆਂ ਤੁਹਾਨੂੰ ਇਹ ਬਾਜ਼ਾਰ ਦੇ ਵਿੱਚੋਂ ਮਿਲ ਜਾਣਗੀਆਂ। ਬਾਕੀ ਇਧਰਲੀ ਸਾਈਡ ਵੀ ਮਾਰਕੀਟ ਆ, ਇੱਧਰ ਵੀ ਤੁਹਾਨੂੰ ਆਪਾਂ ਦਿਖਾਵਾਂਗੇ, ਅਤੇ ਤੁਹਾਨੂੰ ਆਪਾਂ ਪਹਿਲੀ ਇੱਧਰੋਂ ਦਿਖਾ ਰਹੇ ਹਾਂ, ਅਤੇ ਆਹ ਕਈਆਂ ਹੋ ਗਈਆਂ, ਬਾਕੀ ਅੱਗੇ ਵੀ ਕਾਫੀ ਹੈਗੀ ਆ। ਲਓ ਵੀ ਆਹ ਦੇਖੋ ਜਿਵੇਂ, ਅਤੇ ਇਹ ਆ ਸ਼ਹਿਰ ਮਰੇਕ ਕੋਲੇ ਦਾ ਲੋਹਾ ਬਾਜ਼ਾਰ ਜੀ। ਲਓ ਅਤੇ ਐਵੇਂ ਦੀਆਂ ਸਾਰੀਆਂ ਦੁਕਾਨਾਂ ਨੇ, ਅਤੇ ਐਵੇਂ ਦਾ ਸਾਰਾ ਬਾਜ਼ਾਰ ਆ, ਅਤੇ ਸਟਾਰਟਿੰਗ ਵਿੱਚ ਦੁਕਾਨਾਂ ਜ਼ਿਆਦਾ ਨੇ, ਉਰੇ ਆ ਕੇ ਦੁਕਾਨਾਂ ਥੋੜ੍ਹੀਆਂ ਘੱਟ ਜਾਂਦੀਆਂ ਨੇ ਜਿਵੇਂ ਆਹ ਪਾਈਏ ਉਰੇ, ਠੀਕ ਆ ਜੀ। ਅਤੇ ਬਾਕੀ ਅੱਗੇ ਚੱਲਦੇ ਹਾਂ ਹੁਣ, ਅੱਗੇ ਦਿਖਾਉਂਦੇ ਹਾਂ। ਲਓ ਵੀ ਅੱਗੇ ਆ ਗਏ, ਅਤੇ ਅੱਗੇ ਵੀ ਐਵੇਂ ਦੀ ਮਾਰਕੀਟ ਆ ਗਈ, ਐਵੇਂ ਦਾ ਬਾਜ਼ਾਰ ਆ ਗਿਆ ਸਾਰਾ ਜਿਹੜਾ ਤੁਹਾਨੂੰ ਆਪਾਂ ਦਿਖਾਉਂਦੇ ਹਾਂ। ਅਤੇ ਇੱਥੇ ਤੁਹਾਨੂੰ ਮੰਨ ਲਓ ਵੀ
ਟੋਪ ਵਗੈਰਾ ਹੋ ਗਏ ਹੈ ਨਾ, ਜਿਵੇਂ ਅਤੇ ਕੜਾਹੀਆਂ ਹੋ ਗਈਆਂ, ਦੇਗੇ ਹੋ ਗਏ ਹੈ ਨਾ, ਟਾਪੇ ਹੋ ਗਏ, ਹਰ ਇੱਕ ਤਰ੍ਹਾਂ ਦਾ ਸਮਾਨ ਤੁਹਾਨੂੰ ਇਹ ਬਾਜ਼ਾਰ ਦੇ ਵਿੱਚੋਂ ਮਿਲ ਜੂਗਾ, ਸ਼ਹਿਰ ਮਰੇਕੋਲੇ ਦੇ ਵਿੱਚੋਂ। ਜਿਵੇਂ ਤੁਸੀਂ ਦੇਖ ਸਕਦੇ ਹੋ ਕੜਾਹੀਆਂ, ਕੜਾਹੇ ਪਏ ਨੇ ਵੱਡੇ ਵੱਡੇ ਹੈ ਨਾ, ਕੜਾਹੀਆਂ ਤਾਂ ਆਪਾਂ ਕਹਿ ਨਹੀਂ ਸਕਦੇ ਇਹਨਾਂ ਨੂੰ, ਵੱਡੇ ਵੱਡੇ ਕੜਾਹੇ ਪਏ ਨੇ ਹੈ ਨਾ। ਬਾਕੀ ਜਿਵੇਂ ਟਾਪੇ ਹੋ ਗਏ, ਅਤੇ ਸਾਰਾ ਤੁਹਾਨੂੰ ਜਿਹੜਾ ਸਮਾਨ ਇੱਥੋਂ ਮਿਲ ਜੂਗਾ ਸ਼ਹਿਰ ਮਰੇਕੋਲੇ ਦੋਹੇ ਬਾਜ਼ਾਰ ਦੇ ਵਿੱਚੋਂ। ਲਓ ਵੀ ਅੱਜ ਤੁਹਾਨੂੰ ਆਪਾਂ ਰੇਟ ਦੱਸਾਂਗੇ ਸਾਰੇ, ਜਿਵੇਂ ਆ ਕੜਾਹੇ ਪਏ ਨੇ ਹੈ ਨਾ, ਅਤੇ ਤਵੀ ਵਗੈਰਾ ਸਾਰਾ ਤੁਹਾਨੂੰ ਆਪਾਂ ਦੱਸਾਂਗੇ ਅੱਜ। ਅਤੇ ਇਹ ਤੋਂ ਸਟਾਰਟ ਕਰੀਏ ਜੀ। ਹਾਂਜੀ, ਲੰਗਰ ਦੇ ਕੜਾਹੇ ਹੁੰਦੇ ਨੇ ਜੀ ਬੜੇ, ਸਰਲੋ ਵਾਲੇ। ਠੀਕ ਹੈ ਜੀ। ਹਾਂ, ਕੀ ਰੇਟ ਪੈ ਜਾਂਦੇ ਜੀ? ਇਹ ਆਪਣੇ 90 ਰੁਪਏ ਕਿਲੋ ਹੈ ਜੀ ਅੱਜ ਕੱਲ੍ਹ। 90 ਰੁਪਏ ਕਿਲੋ, ਕਿੰਨੇ ਕਿਲੋ ਦਾ ਹੁੰਦਾ ਜੀ ਇਹ? ਸਭ ਆਪਣੇ ਇੱਕ ਕੁਇੰਟਲ 10 ਕਿਲੋ, 5 ਕਿਲੋ, 60-65 ਕਿਲੋ ਆ ਗਏ, ਭੱਠੀਆਂ ਆ ਗਈਆਂ, ਪਰ ਕਿਲੋ 'ਚ ਮਿਲਦੇ ਮਤਲਬ? ਹਾਂ, ਕਿਲੋ 'ਚ। ਠੀਕ ਹੈ ਜੀ। ਇਹ ਕੜਾਹੇ ਪਏ ਨੇ ਜੀ। ਲਓ ਜੀ, ਆ ਤਵੀ ਆ ਗਏ ਰੋਟੀਆਂ ਲਈਆਂ। ਠੀਕ ਹੈ ਜੀ। ਜਿਹੜਾ ਸਾਰਾ ਮਾਲ ਵਧੀਆ 90 ਰੁਪਏ ਕਿਲੋ ਜੀ। ਠੀਕ ਹੈ ਜੀ, ਠੀਕ ਹੈ ਜੀ। ਅਤੇ ਲਓ ਜੀ, ਹਾਂ ਜੋ ਭੱਠੀਆਂ ਭੁੱਠੀਆਂ ਲਗਾਈਏ ਅਤੇ ਅੱਗੇ ਦਿਖਾਉਂਦੇ ਹਾਂ ਤੁਹਾਨੂੰ ਹੋਰ। ਅੱਛਾ ਜੀ, ਇੱਧਰ ਆ ਗਿਆ। ਹਾਂਜੀ, ਆਹ ਭੱਠੀਆਂ ਆ ਗਈਆਂ ਰੋਟੀਆਂ ਲਈ, ਤਵੀਆਂ ਆ ਗਈਆਂ ਜੀ ਇਹ। ਅੱਛਾ ਜੀ, ਇਹਦਾ ਕੀ ਹਿਸਾਬ ਕਿਤਾਬ ਹੁੰਦਾ? ਫੁਲਕਾ ਲਿਆ ਗਿਆ ਜੀ ਆਪਣੇ, ਮਤਲਬ 5,000 ਦੀ, 5,500 ਦੀ ਸਾਈਜ਼ ਦੇ ਉੱਪਰ ਹੁੰਦਾ ਜੀ। ਠੀਕ ਹੈ, ਠੀਕ ਹੈ ਜੀ। ਲਓ ਜੀ, ਅਤੇ ਆਹ ਟਾਪੇ ਆ ਗਏ, ਦੁੱਗੇ ਆ ਗਏ, ਵੱਡੇ ਆ ਗਏ ਹੈ ਨਾ ਜੀ। ਅਤੇ ਤੁਹਾਨੂੰ ਮਤਲਬ ਕਿ ਸਾਰਾ ਜਿਹੜਾ ਸਮਾਨ ਇੱਕ ਜਗ੍ਹਾ ਤੋਂ, ਗੁਰੂ ਘਰ ਦਾ, ਗੁਰੂ ਘਰ ਦਾ? ਹਾਂ, ਮਤਲਬ ਵੀ ਤੁਹਾਨੂੰ ਸਮਾਨ ਕੜਾਹਿਆਂ ਵਾਲੇ, ਕੜਾਹਿਆਂ ਵਾਲੇ? ਹਾਂ ਜੀ, ਮਤਲਬ ਕਿ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਸਾਈਜ਼ ਮਿਲ ਜੂਗਾ ਵੀ, ਇਹ ਨਹੀਂ ਸਾਈਜ਼ ਨਹੀਂ ਮਿਲੂਗਾ, ਹਰ ਇੱਕ ਤਰ੍ਹਾਂ ਦਾ ਸਾਈਜ਼। ਉਹ ਪ੍ਰਾਂਤਾਂ ਆ ਗਈਆਂ ਵੱਡੀਆਂ। ਠੀਕ ਆ ਜੀ, ਉਹ ਪ੍ਰਾਂਤਾਂ ਆ ਗਈਆਂ। ਉੱਧਰ ਪ੍ਰਾਂਤ ਕਿੰਨੇ ਤੋਂ ਸਟਾਰਟ ਹੋ ਜਾਂਦੀ ਹੈ ਜੀ? ਪ੍ਰਾਂਤ ਸਾਨੂੰ ਆਪਣੇ 320 ਰੁਪਏ ਕਿਲੋ ਜੀ, ਇੱਕ 280 ਰੁਪਏ ਕਿਲੋ। ਠੀਕ ਆ ਜੀ, ਅਤੇ ਮਤਲਬ ਕਿਲੋ 'ਚ ਹੀ ਮਿਲਦਾ ਜ਼ਿਆਦਾ? ਹਾਂ, ਕਿਲੋ 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 ਜੀ ਕਿਲੋ ਜੀ ਠੀਕ ਆ, ਠੀਕ ਆ ਜੀ। ਲਓ ਵੀ ਕਿਲੋ ਦੇ ਹਿਸਾਬ ਨਾਲ ਤੁਹਾਨੂੰ ਜਿਹੜਾ ਮਿਲੂਗਾ, ਬਾਬਾ ਜੀ ਰੇਟ ਆਪਾਂ ਦੱਸਤਾ ਵੀ ਆਹ ਰੇਟ ਆ। ਜਿਵੇਂ ਦੇਗੇ ਵੱਡੇ ਆ ਗਏ ਸਮਝ ਲਓ ਵੀ ਜੀ 300 ਰੁਪਏ ਕਿਲੋ ਹੋ ਗਏ ਜੀ, ਛੋਟੇ ਆ ਗਏ 260-65, 260 ਉੱਧਰ ਛੋਟੇ ਆ ਗਏ। ਹਾਂ ਜੀ, ਠੀਕ ਆ ਜੀ। ਆਹ ਭੱਠੀਆਂ ਆ ਗਈਆਂ ਡਬਲ, ਆਹ ਭੱਠੀਆਂ ਆ ਗਈਆਂ ਡਬਲ, ਗੈਸ ਵਾਲੀਆਂ? ਗੈਸ ਵਾਲੀਆਂ, ਠੀਕ ਆ ਜੀ। ਲਓ ਜੀ, ਆਹ ਦੂਈ ਚਾਹ ਵਾਲੀ ਆ ਗਈ ਕੇਤਲੀ ਹੈ ਨਾ ਜੀ। ਹਾਂ, ਪਾਣੀ ਪੂਣੀ ਬਸ ਸਾਰੇ ਕੰਮ ਸਾਰੇ। ਹਾਂ ਜੀ, ਸਹੀ ਗੱਲ ਹੈ ਜੀ। ਲੰਗਰ ਦਾ ਟੋਟਲ ਸਮਾਨ ਹੁੰਦਾ ਫਿਰ ਜੀ? ਲੰਗਰ ਦਾ ਸਾਰਾ ਸਮਾਨ ਤੁਹਾਨੂੰ ਮਿਲ ਜੂਗਾ ਜੀ। ਆਹ ਥਾਲ ਥੂਲ ਨੇ? ਜਿਵੇਂ ਥਾਲ ਥੂਲ ਸਾਰਾ ਕੁਛ ਤੁਹਾਨੂੰ ਮਿਲ ਜੂ। ਆਹ ਦੇਖੋ, ਭੋਜਨ ਥਾਲ ਹੁੰਦਾ ਜੀ ਇਹ? ਹਾਂ ਜੀ, ਹਾਂ। ਲਓ ਜੀ, ਆਹ ਥਾਲ ਇਹ ਕਿੰਨੇ ਦਾ ਪੈ ਜਾਂਦਾ ਥਾਲ ਇੱਕ ਜੀ? ਇਹ ਆਪਣੇ 103-104 ਰੁਪਏ ਦਾ ਪੈ ਜਾਂਦਾ ਜੀ। 103-104 ਰੁਪਏ, ਠੀਕ। ਆਹ ਗਲਾਸ ਹੁੰਦੇ ਨੇ ਆਪਣੇ, ਇਹ 30 ਰੁਪਏ ਦਾ ਪੈ ਜਾਂਦਾ। ਆਹ ਗਲਾਸ 30 ਰੁਪਏ ਦਾ ਜੀ। ਅਤੇ ਬਾਕੀ ਆਹ ਦੂਈ ਕੇਤਲੀ ਆ ਗਈ ਹੈ ਨਾ ਜੀ। ਆਹ ਜੱਗ ਆ ਗਏ, ਕੇਤਲੀਆਂ, ਸਾਰਾ ਸਮਾਨ ਹੁੰਦਾ। ਆਹ ਚਾਲੀਆਂ ਬੱਤਕਾਂ ਆ ਗਈਆਂ, ਬੱਤਕਾਂ ਆ ਗਈਆਂ। ਅਤੇ ਬਾਕੀ ਇੱਧਰ ਵੀ ਸਾਰਾ ਸਮਾਨ ਤੁਹਾਨੂੰ ਮਿਲ ਜੂਗਾ। ਅਤੇ ਬਾਕੀ ਜਿਵੇਂ ਛੋਟੀਆਂ ਤਵੀਆਂ ਹੈ ਨਾ, ਖੁਰਚਣੇ, ਸਾਰਾ ਤੁਹਾਨੂੰ ਮਿਲ ਜੂਗਾ। ਮਤਲਬ ਕਿ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈਗੀ, ਇੱਕ ਜਗ੍ਹਾ ਤੋਂ ਸਾਰਾ ਮਿਲ ਜੂ। ਸ਼ਹਿਰ ਮਰੇਕੋਲੇ ਅਗਰ ਤੁਸੀਂ ਲੋਹਾ ਬਾਜ਼ਾਰ ਆਉਂਦੇ ਹੋ ਤਾਂ ਤੁਹਾਨੂੰ ਇਹ ਸਾਰਾ ਸਮਾਨ ਉੱਥੇ ਮਿਲੂਗਾ ਜੀ। ਉਹ ਸਮਾਨ ਕੜਾਹਿਆਂ ਵਾਲੇ? ਹਾਂ ਹਾਂ ਜੀ, ਨੌ ਲੈ ਜਾਓ ਸਮਾਨ ਕੜਾਹਿਆਂ ਵਾਲੇ। ਸਮਾਨ ਕੜਾਹੇ ਵਾਲੀ? ਹਾਂ, ਲਓ ਜੀ, ਠੀਕ ਆ ਜੀ। ਅਤੇ ਬਾਕੀ ਅੱਗੇ ਦਿਖਾਉਂਦੇ ਹਾਂ ਤੁਹਾਨੂੰ ਹੋਰ ਸਾਰਾ ਇਹ। ਤਵੀਆਂ ਦੇਖੋ ਬੜੀਆਂ, ਮਸਤਵਾਲ ਸਾਹਿਬ ਦੀ ਤਵੀ ਹੈ। ਅੱਛਾ ਜੀ, ਵੱਡੀ ਤਵੀ, ਠੀਕ ਆ ਜੀ। ਇਹ ਵੀ ਕਿਲੋ ਦੇ ਹਿਸਾਬ ਨਾਲ ਜੀ? ਹਾਂ, ਵਾ ਉਹੀ 90 ਰੁਪਏ ਜੀ। ਠੀਕ ਆ, ਮਾਈ ਭੋਲੀ ਗੁਰਦੁਆਰਾ ਜੀ। ਲਓ, ਅਤੇ ਆਹ ਕੜਾਹੇ ਦੇਖੋ ਕਿੱਡੇ ਕਿੱਡੇ ਨੇ। ਲਓ ਜੀ, ਲਓ ਵੀ ਆਪਾਂ ਤੁਹਾਨੂੰ ਤਕਰੀਬਨ ਜਿਹੜੇ ਰੇਟ ਦੱਸਦੇ ਆ, ਅਤੇ ਬਾਕੀ ਅੱਗੇ ਜਿਵੇਂ ਕੜਾਹੇ ਹੈ ਨਾ, ਸਾਰਾ ਸਮਾਨ ਜਿਵੇਂ ਪੇਟੀਆਂ ਪਈਆਂ ਨੇ, ਸਾਰਾ ਕੁਛ ਤੁਹਾਨੂੰ ਮਿਲ ਜੂਗਾ ਜਿਵੇਂ ਤੁਸੀਂ ਦੇਖ ਸਕਦੇ ਹੋ। ਅਤੇ ਆਹ ਪੇਟੀਆਂ ਪਈਆਂ ਨੇ ਜਿਵੇਂ, ਲਓ ਵੀ, ਅਤੇ ਐਵੇਂ ਦੀਆਂ ਸਾਰਾ ਦੇਖ ਸਕਦੇ ਤੁਸੀਂ। ਲਓ ਵੀ, ਇਹ ਤੁਹਾਨੂੰ ਸ਼ਹਿਰ ਮਰੇਕੋਲੇ ਦੇ ਵਿੱਚੋਂ ਮਿਲ ਜੂ। ਲਓ ਵੀ, ਆਹ ਦੇਖੋ ਅੱਗੇ, ਅਤੇ ਆਹ ਅਲਮਾਰੀ ਪਈ ਆ ਜਿਵੇਂ, ਬਾਕੀ ਇੱਥੇ ਤੱਕ ਇਹ ਮਾਰਕੀਟ ਆ ਜਾਂਦੀ ਹੈ। ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਦੂਜੀ ਸਾਈਡ, ਅਤੇ ਇੱਥੇ ਤੱਕ ਇਹ ਮਾਰਕੀਟ ਜਿਹੜੀ ਸਾਰੀ ਆ ਜਾਂਦੀ ਹੈ। ਇੱਥੇ ਤੱਕ ਆਪਾਂ ਇਹ ਮਾਰਕੀਟ ਕਵਰ ਕਰਤੀ, ਅਤੇ ਹੁਣ ਆਪਾਂ ਚੱਲਦੇ ਹਾਂ ਇੱਧਰਲੀ ਸਾਈਡ। ਹੁਣ ਤੁਹਾਨੂੰ ਆਪਾਂ ਇੱਧਰਲੀ ਸਾਈਡ ਦਿਖਾਵਾਂਗੇ, ਇੱਧਰ ਜਿਵੇਂ ਪੇਟੀਆਂ ਪਈਆਂ ਨੇ, ਹੈ ਨਾ। ਲਓ ਜੀ, ਆਹ ਦੇਖੋ, ਬਾਕੀ ਦੇਖੋ ਕਿੰਨੀਆਂ ਸੋਹਣੀਆਂ ਪਈਆਂ ਨੇ, ਹੈ ਨਾ।
ਅਤੇ ਇਹ ਆ ਜੀ ਸ਼ਹਿਰ ਮਰੇਕੋਲ ਅਤੇ ਸ਼ਹਿਰ ਮਰੇਕੋਲ ਦਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਲੋਹਾ ਬਾਜ਼ਾਰ। ਅਤੇ ਬਾਕੀ ਤੁਸੀਂ ਕਮੈਂਟ ਜ਼ਰੂਰ ਕਰਿਓ ਵੀ ਤੁਸੀਂ ਕਿੱਥੋਂ ਕਿੱਥੋਂ ਆਪਣੀ ਵੀਡੀਓ ਦੇਖਦੇ ਹੁੰਦੇ ਹੋ। ਜੇ ਵੀਡੀਓ ਤੁਹਾਨੂੰ ਚੰਗੀ ਲੱਗਦੀ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਪਣੇ ਸੱਜਣ ਮਿੱਤਰਾਂ ਨਾਲ, ਭੈਣ ਭਰਾਵਾਂ ਨਾਲ। ਅਤੇ ਜੇ ਕੋਈ ਆਪਣਾ ਭੈਣ ਭਰਾ ਬਾਹਰੋਂ ਦੇਖਦਾ ਉਹ ਵੀ ਕਮੈਂਟ ਜ਼ਰੂਰ ਕਰਿਓ ਜੀ। ਬਾਕੀ ਜਿਵੇਂ ਅਲਮਾਰੀਆਂ ਆ ਗਈਆਂ ਅਤੇ ਮੈਂ ਕੋਸ਼ਿਸ਼ ਕਰ ਦਿੰਦਾ ਹਰ ਇੱਕ ਦਾ ਰਿਪਲਾਈ ਕਰਨ ਦਾ, ਪਰ ਕਈ ਵਾਰ ਨਹੀਂ ਹੁੰਦਾ, ਉਹਦੇ ਲਈ ਮਾਫ਼ੀ ਆ। ਲਓ ਆਹ ਦੇਖੋ ਜਿਵੇਂ ਅਤੇ ਕੜਾਹੀਆਂ ਆ ਗਈਆਂ ਜਿਵੇਂ, ਹੈ ਨਾ, ਸਾਰਾ ਸਮਾਨ ਤੁਹਾਨੂੰ ਇੱਥੋਂ ਬਾਜ਼ਾਰ ਦੇ ਵਿੱਚੋਂ ਮਿਲ ਜੂਗਾ। ਅਤੇ ਤੁਸੀਂ ਬਹੁਤ ਕਮੈਂਟ ਕਰ ਰਹੇ ਵੀ ਸਾਨੂੰ ਸ਼ਹਿਰ ਮਰੇਕੋਲ ਦਾ ਲੋਹਾ ਬਾਜ਼ਾਰ ਦਿਖਾਓ, ਅਤੇ ਆਪਾਂ ਤੁਹਾਨੂੰ ਅੱਜ ਸ਼ਹਿਰ ਮਰੇਕੋਲ ਦਾ ਲੋਹਾ ਬਾਜ਼ਾਰ ਦਿਖਾ ਰਹੇ ਹਾਂ। ਜਿਵੇਂ ਆਹ ਦੇਖੋ ਸਾਰੇ ਕੜਾਹੇ, ਆਹ ਜਲੇਬੀਆਂ ਵਾਲੀ ਪ੍ਰਾਂਤ ਪਈ ਆ, ਹੈ ਨਾ, ਅਤੇ ਐਵੇਂ ਦੀਆਂ ਸਾਰੀਆਂ ਇੱਥੇ ਦੁਕਾਨਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਸ਼ਹਿਰ ਮਰੇਕੋਲ ਵਿੱਚ। ਅਤੇ ਆਹ ਦੇਖੋ ਇੱਧਰ, ਲਓ ਜੀ, ਅਤੇ ਚੱਲਦੇ ਹਾਂ ਅੱਗੇ। ਅਤੇ ਆਪਾਂ ਇੱਕ ਵੀਡੀਓ ਦੇਖਦੇ ਹਾਂ ਹੋਰ ਲੈ ਕੇ ਆਵਾਂਗੇ ਵੀ ਤੁਹਾਨੂੰ ਮਰੇਕੋਲ ਦੇ ਵਿੱਚ ਪੰਜਾਬੀ ਜੁੱਤੀ ਵਧੀਆ ਕਿੱਥੋਂ ਮਿਲ ਜੂ, ਵਧੀਆ ਵੀ ਮਿਲ ਜੇ, ਮਤਲਬ ਰੇਟ ਵੀ ਸਹੀ ਮਿਲ ਜੇ, ਹੈ ਨਾ। ਆਪਾਂ ਕੋਸ਼ਿਸ਼ ਕਰਾਂਗੇ ਉਹ ਵੀਡੀਓ ਬਣਾਉਣ ਦੀ, ਅਤੇ ਠੀਕ ਆ, ਤੁਹਾਡੇ ਨਾਲ ਸਾਂਝੀ ਕਰਾਂਗੇ। ਅਤੇ ਪਹਿਲਾਂ ਤੁਹਾਨੂੰ ਆਪਾਂ ਲੋਹਾ ਬਾਜ਼ਾਰ ਦਿਖਾ ਦਈਏ ਅੱਜ। ਲਓ ਜੀ ਆਹ ਦੇਖੋ ਜਿਵੇਂ ਆਹ ਟੇਕੇ ਪਏ ਨੇ, ਹੈ ਨਾ, ਅਤੇ ਚੱਲਦੇ ਹਾਂ ਅੱਗੇ ਅੱਗੇ ਚੱਲਦੇ ਹਾਂ ਜੀ। ਲਓ ਵੀ ਜਿਵੇਂ ਆਹ ਚਿਮਟੇ ਪਏ ਨੇ, ਹੈ ਨਾ, ਅਤੇ ਬਾਕੀ ਆਹ ਜਿਵੇਂ ਅੱਗੇ ਕੜਾਹੀਆਂ ਪਈਆਂ, ਸਾਰਾ ਤੁਹਾਨੂੰ ਸਮਾਨ ਜਿਹੜਾ ਬਾਜ਼ਾਰ ਦੇ ਵਿੱਚੋਂ ਮਿਲ ਜੂਗਾ, ਜਿਵੇਂ ਤੁਸੀਂ ਦੇਖ ਸਕਦੇ ਹੋ। ਲਓ ਜੀ, ਅਤੇ ਇਹ ਆ ਜੀ ਸ਼ਹਿਰ ਮਰੇਕੋਲੇ ਦਾ ਲੋਹਾ ਬਾਜ਼ਾਰ, ਅਤੇ ਇੰਨੀ ਕੁਆਂਟਿਟੀ ਵਿੱਚ ਇੱਥੇ ਜਿਹੜਾ ਲੋਹੇ ਦਾ ਮਤਲਬ ਸਮਾਨ ਤੁਹਾਨੂੰ ਪਿਆ ਮਿਲ ਜੂਗਾ। ਅਤੇ ਇਹ ਜਿਹੜਾ ਸਮਾਨ ਹੁੰਦਾ ਸਾਰਾ ਇਹ ਤੁਹਾਨੂੰ ਕਿਲੋਆਂ ਦੇ ਵਿੱਚ ਮਿਲੂਗਾ, ਜਿਵੇਂ ਕਿਲੋ ਦਾ ਰੇਟ ਹੋਊਗਾ ਉਹ ਹਿਸਾਬ ਨਾਲ, ਵੇਟ ਦੇ ਹਿਸਾਬ ਨਾਲ ਤੁਹਾਨੂੰ ਇਹ ਸਾਰਾ ਸਮਾਨ ਮਿਲ ਜੂਗਾ। ਅਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੀ, ਅਤੇ ਬਾਕੀ ਅੱਗੇ ਚੱਲਦਾ ਤੁਹਾਨੂੰ ਅੱਗੇ ਸਾਰਾ ਆਪਾਂ ਇਹ ਬਾਜ਼ਾਰ ਦਿਖਾਵਾਂਗੇ। ਅਤੇ ਲਓ ਜੀ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਵੀ ਜਿੱਥੇ ਮੈਨੂਫੈਕਚਰਿੰਗ ਵੀ ਆਪਦੇ ਆਪ ਕਰਦੇ ਨੇ ਬਾਈਜੂ ਨੇ, ਸ਼ਹਿਰ ਮਰੇਕੋਲ ਜੀ ਹੋ ਰਹੀ ਆ, ਕੋਈ ਬਾਹਰੋਂ ਨਹੀਂ ਸਮਾਨ ਆ ਰਿਹਾ, ਖੁਦ ਬਾਈਜੂ ਨੇ ਤਿਆਰ ਕਰਦੇ ਨੇ। ਅਤੇ ਵੀਰੇ ਸਾਰਾ ਆਪ ਹੀ ਤਿਆਰ ਕਰਦੇ ਹੋ ਤੁਸੀਂ? ਠੀਕ ਆ ਜੀ, ਅਤੇ ਵੱਡੀਆਂ ਕੜਾਹੀਆਂ ਲੈ ਕੇ, ਤਵਿਆਂ ਤੋਂ ਲੈ ਕੇ ਕੜਾਹੀਆਂ, ਖੁਰਚਣੇ, ਬੱਠਲ, ਸਾਰਾ ਕੁਝ ਆਪਣੇ ਅੰਦਰ ਹੀ ਬਣਦਾ ਜੀ। ਠੀਕ ਆ ਜੀ, ਅਤੇ ਆ ਜਾਓ ਤੁਹਾਨੂੰ ਦਿਖਾ ਦਿੰਦੇ, ਆਪਾਂ ਦਿਖਾ ਵੀ ਦਿੰਦੇ ਹਾਂ ਤੁਹਾਨੂੰ। ਅਤੇ ਬਾਈਓ ਨੇ ਸਾਰਾ ਆਪ ਹੀ ਤਿਆਰ ਕਰਦੇ ਨੇ। ਆਹ ਦੇਖੋ ਜੀ, ਪਹਿਲਾਂ ਨਾ ਜੀ ਚੱਦਰ ਹੁੰਦੀ ਹੈ ਇਹਦੇ ਨਾਲ ਦੀ, ਚੱਦਰ ਕਰਨੀ ਹੈ, ਠੀਕ ਹੈ ਜੀ। ਉਦੋਂ ਬਾਅਦ ਨਾ ਉਹਨਾਂ ਨੂੰ ਕੱਟ ਕੇ ਆਪਾਂ ਗੈਸ ਕਟਰ ਨਾਲ ਆਪਾਂ ਸਰਕਲ ਬਣਾ ਲੈਂਦੇ ਜੀ। ਅੱਛਾ ਜੀ, ਠੀਕ ਹੈ ਜੀ, ਆਹ ਗੋਲ ਸਰਕਲ ਬਣ ਜਾਂਦੇ ਨੇ ਜੀ, ਇਹ ਅਲੱਗ ਅਲੱਗ ਸਾਈਜ਼ ਦੇ ਹੁੰਦੇ ਨੇ ਜੀ। ਉਦੋਂ ਬਾਅਦ ਫਿਰ ਨਾ ਇਹ ਹਾਈਡ੍ਰੋਲਿਕ ਪ੍ਰੈਸ ਹੈ ਜੀ, ਇਹ ਪ੍ਰੈਸ ਦੇ ਨਾਲ ਹੌਲੀ ਹੌਲੀ ਡਰਾ ਹੋ ਕੇ ਇਹਨੂੰ ਗੋਲ ਸ਼ੇਪ ਦਿੱਤੀ ਜਾਂਦੀ ਹੈ, ਠੀਕ ਹੈ ਜੀ, ਜਿਹਦੇ ਨਾਲ ਜੀ ਇਹ ਪੂਰੀ ਕੜਾਹੀ ਤਿਆਰ ਹੋ ਜਾਂਦੀ ਹੈ। ਉਦੋਂ ਬਾਅਦ ਫਿਰ ਉਹਨੂੰ ਬਫਿੰਗ ਕਰਕੇ, ਤਕਰੀਬਨ ਕੜਾਹੀ ਕਰ ਸਾਰੇ ਸਮਾਨ ਤਿਆਰ ਕਰਦੇ, ਸਾਰੇ ਸਮਾਨ ਤਿਆਰ ਕਰਦੇ ਹਾਂ ਜੀ, ਠੀਕ ਹੈ ਜੀ। ਆਹ ਕੜਾਹੀਆਂ ਪਈਆਂ ਨੇ ਬਾਈ ਨੇ ਆਪ ਤਿਆਰ ਕਰੀਆਂ ਨੇ, ਤੇ ਮੈਨੂਫੈਕਚਰ ਇਹਨੂੰ ਗ੍ਰਾਈਂਡ ਕਰਕੇ ਪੋਲਿਸ਼ ਕੀਤਾ ਜਾਂਦਾ ਜੀ। ਠੀਕ ਹੈ ਜੀ, ਬਾਕੀ ਜਿਵੇਂ ਆਹ ਬਰਗਰ ਵਾਲੀਆਂ ਤਵੀਆਂ ਪਈਆਂ ਨੇ ਜਾਂ ਰੋਟੀ ਵਾਲੀਆਂ ਤਵੀਆਂ ਹੋਈਆਂ ਪਈਆਂ ਨੇ, ਆਹ ਬਰਗਰ ਵਾਲੀਆਂ ਪਈਆਂ ਨੇ, ਹਾਂਜੀ, ਆਹ ਜਲੇਬੀ ਵਾਲੀ ਤਵੀ ਹੋ ਗਈ, ਆਹ ਜਲੇਬੀ ਵਾਲੀ ਆ ਗਈ, ਇਹ ਸਾਰਾ ਆਪਾਂ ਆਪ ਹੀ ਤਿਆਰ ਕਰਦੇ, ਸਾਰਾ ਬਾਈ ਨੇ ਮੈਨੂਫੈਕਚਰ ਆਪਣਾ। ਜਿਵੇਂ ਆਹ ਛੋਟੇ ਤੋਂ ਲੈ ਕੇ ਸਾਰਾ ਬੜਾ ਹੀ ਸਾਰੇ ਸਾਈਜ਼ ਬਣਦੇ ਨੇ, ਠੀਕ ਹੈ ਜੀ। ਲਓ ਵੀ ਜਿਵੇਂ ਛੋਟੀ ਦੇਖੋ ਵੀ, ਸਭ ਤੋਂ ਛੋਟੀ ਵੀ ਤੁਹਾਨੂੰ ਮਿਲ ਜੂਗਾ ਨਾ, ਦੇਖੋ ਸਾਈਜ਼, ਹਾਂਜੀ, ਲਓ ਇੰਨੀ ਛੋਟੀ ਵੀ ਤੁਹਾਨੂੰ ਜਿਹੜੀ ਕੜਾਹੀ ਸ਼ਹਿਰ ਮਰੇਕੋਲ ਦੇ ਵਿੱਚ ਮਿਲ ਜੂਗੀ। ਆਪਣਾ ਰਾਜ ਨਾ ਉਹਦੇ ਵੀਰੇ, ਰਾਜ ਹੁੰਜਨ ਇੰਟਰਪ੍ਰਾਈਜ਼, BR ਹੁੰਜਨ ਇੰਟਰਪ੍ਰਾਈਜ਼, ਦੋ ਨੇ ਜੀ ਆਪਣੇ। ਠੀਕ ਹੈ ਜੀ, ਠੀਕ ਹੈ ਜੀ, ਓਕੇ ਜੀ। ਲਓ ਵੀ ਦੇਖੋ ਸਾਰੀ ਕੜਾਹੀ ਤੁਹਾਨੂੰ ਇੱਕ ਤਰ੍ਹਾਂ ਨਾਲ ਮਿਲ ਜੂਗਾ ਕੜਾਹੀ ਦੇ ਵਿੱਚ, ਹਾਂਜੀ, ਉਹ ਤਵਾ ਪਿਆ ਜੀ, ਹਰ ਤਰ੍ਹਾਂ ਦਾ ਤਵਾ ਮਿਲ ਜੂਗਾ ਜੀ, ਤਵਾ ਵੀ ਪਿਆ ਇੱਧਰ ਬਾਈ, ਮਤਲਬ ਕਿਲੋ ਤੋਂ ਲੈ ਕੇ 5 ਕਿਲੋ ਤੱਕ ਤਵਾ ਪਿਆ ਜੀ। ਠੀਕ ਹੈ ਜੀ, ਲਓ ਵੀ ਮੈਨੂਫੈਕਚਰਿੰਗ ਸਾਰੀ ਬਾਈ ਉਹਨਾਂ ਦੀ ਆਪਣੀਆਂ। ਅਤੇ ਆਹ ਪਏ ਨੇ ਜਿਵੇਂ ਇੱਧਰ,
ਅਤੇ ਆਹ ਪਈਆਂ ਨੇ ਇੱਧਰ ਕੜਾਹੀਆਂ ਅਤੇ ਬਾਕੀ ਆ ਅੱਗੇ ਇੱਧਰ ਖੋਚਣੇ ਵਗੈਰਾ ਸਾਰਾ ਕੁਝ ਪਿਆ ਹੈ ਵੀਰੇ। ਹਾਂਜੀ ਹਾਂਜੀ ਵੀਰੇ ਸਭ ਆਪ ਬਣਾਉਣੇ, ਸਾਰਾ ਆਪ ਬਣਾਉਣੇ, ਚਿਮਟੇ ਖੁਰਚਣੇ ਹੈ ਨਾ, ਹਰ ਇੱਕ ਸਮਾਨ ਤੁਹਾਨੂੰ ਮਿਲ ਜੂ ਸਾਰਾ ਕੁਝ। ਲਓ ਜੀ ਆਹ ਤਵੇ ਹੋ ਗਏ ਜੀ, ਤਵੇ ਹੋ ਗਏ ਇੱਧਰ ਜਿਵੇਂ ਅਲੱਗ ਅਲੱਗ ਤਰ੍ਹਾਂ ਦੀ। ਆਹ ਦੇਖੋ ਜੀ ਇਹ ਸਪੈਸ਼ਲ ਸਰਬਲੂ ਦਾ ਤਵਾ ਜੀ, ਦੱਸਿਆ ਜੀ ਇਹ ਵੀ ਕੋਈ ਕੋਈ ਬਣਾਉਂਦਾ ਵੀਰੇ, ਇਹ ਆਪਣੇ ਕੋਲ ਅਵੇਲੇਬਲ ਆ। ਠੀਕ ਆ ਜੀ। ਹਾਂਜੀ ਇਹ ਸਾਰਾ ਹੀ ਆ, ਥੋੜੇ ਦੀਆਂ ਸੱਟਾਂ ਹੁੰਦੀਆਂ ਨੇ ਜੀ, ਦਾਣੇ ਜਿਹੜੇ ਬਿੰਦੀਆਂ ਜੀ। ਪੂਰਾ ਵਧੀਆ ਕੁਆਲਿਟੀ ਦਾ ਲੋਹੇ ਦਾ ਤਵਾ ਜੀ, ਦੇਖਣ ਨੂੰ ਭੁਲੇਖਾ ਪਊਗਾ ਵੀ ਨੋਨ ਸਟਿਕ ਹੈ ਪਰ ਇਹ ਲੋਹਾ ਜੀ। ਠੀਕ ਹੈ ਜੀ। ਬਾਈ ਨੇ ਤੁਹਾਨੂੰ ਮੈਨੂਫੈਕਚਰ ਦਿਖਾ ਤੀ ਆ, ਬਾਕੀ ਮੈਂ ਤੁਹਾਨੂੰ ਮੂਹਰੇ ਇੱਕ ਵਾਰ ਦੁਕਾਨ ਦਿਖਾ ਦਿੰਦਾ। ਲਓ ਵੀ ਆਹ ਬਾਈ ਜੀ ਆਪਾਂ ਤੁਹਾਨੂੰ ਦੁਕਾਨ ਦਿਖਾ ਤੀ ਆ, ਅਤੇ ਹੁਣ ਆਪਾਂ ਚੱਲਦੇ ਹਾਂ ਅੱਗੇ, ਅਤੇ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਸਾਰਾ ਬਾਜ਼ਾਰ। ਲਓ ਵੀ ਅੱਗੇ ਵੀ ਐਵੇਂ ਸਾਰੀਆਂ ਦੁਕਾਨਾਂ ਆ ਗਈਆਂ ਜਿਵੇਂ ਤੁਸੀਂ ਦੇਖ ਸਕਦੇ ਹੋ, ਅਤੇ ਐਵੇਂ ਦੀਆਂ ਸਾਰੀਆਂ ਦੁਕਾਨਾਂ ਤੁਹਾਨੂੰ ਮਿਲ ਜਾਣਗੀਆਂ। ਅਤੇ ਚੱਲਦੇ ਹਾਂ ਅੱਗੇ, ਬਾਕੀ ਐਵੇਂ ਜਾਲੀ ਤੁਹਾਨੂੰ ਮਿਲ ਜੂ, ਜਿਵੇਂ ਜਾਲੀ ਪਈ ਹੈ ਨਾ ਇਹ ਵੀ ਤੁਹਾਨੂੰ ਮਿਲ ਜੂਗੀ, ਪੰਜਾਹ ਪਈਆ ਦੇਖੋ। ਲਓ ਵੀ ਅਤੇ ਆਹ ਜਾਲੀ ਮਿਲ ਜੂਗੀ ਤੁਹਾਨੂੰ, ਬਾਕੀ ਅੱਗੇ ਦਿਖਾਉਂਦੇ ਹਾਂ ਹੋਰ। ਆਹ ਦੇਖੋ ਬੇਟਰ, ਲਓ ਅਤੇ ਤਕਰੀਬਨ ਆਪਾਂ ਤੁਹਾਨੂੰ ਸਾਰਾ ਬਾਜ਼ਾਰ ਦਿਖਾਤਾ, ਇੱਧਰੋਂ ਤੁਹਾਨੂੰ ਆਪਾਂ ਦਿਖਾਤਾ ਜੀ, ਅਤੇ ਹੁਣ ਆਪਾਂ ਤੁਹਾਨੂੰ ਮੈਨੂਫੈਕਚਰ ਵੀ ਦਿਖਾਤੀ, ਅਤੇ ਬਾਕੀ ਜੇ ਕਿਸੇ ਨੇ ਗੁਰਦੁਆਰਾ ਸਾਹਿਬ ਵਾਸਤੇ ਲੈਣੀ ਆ ਸਮਾਨ ਨਾ, ਉਹ ਵੀ ਤੁਹਾਨੂੰ ਆਪਾਂ ਦਿਖਾਤੀ ਦੁਕਾਨ, ਤੁਸੀਂ ਉੱਥੋਂ ਲੈ ਸਕਦੇ ਹੋ ਆ ਕੇ। ਲਓ ਵੀ ਆਹ ਦੇਖੋ ਅੱਗੇ ਤੁਹਾਨੂੰ ਦੋਹਾ ਬਾਜ਼ਾਰ ਆਪਾਂ ਦਿਖਾਉਂਦੇ ਹਾਂ, ਬਾਕੀ ਆਹ ਢੀ ਪਾ ਗਈ ਤੇਲ ਵਾਲੀ ਹੈ ਨਾ, ਇਹ ਵੀ ਮਿਲ ਜੂਗੀ। ਅਤੇ ਬਾਕੀ ਆਪਾਂ ਪਹੁੰਚ ਗਏ ਚੌਂਕ 'ਚ, ਅਤੇ ਐਂ ਲੰਬਾ ਹੀ ਲੰਬਾ ਮਗਰ ਨੂੰ ਬਾਜ਼ਾਰ ਇਹ, ਅਤੇ ਦੋਨੋਂ ਸਾਈਡ ਦੁਕਾਨਾਂ ਨੇ, ਅਤੇ ਸਟਾਰਟਿੰਗ 'ਚ ਦੁਕਾਨਾਂ ਜ਼ਿਆਦਾ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ, ਇੱਧਰ ਦੁਕਾਨਾਂ ਵੱਧ ਨੇ ਹੈ ਨਾ, ਅਤੇ ਅੱਗੇ ਥੋੜ੍ਹੀ ਜਿਹੀ ਘੱਟ ਨੇ। ਬਾਕੀ ਮੈਨੂਫੈਕਚਰ ਹੀ ਤੁਹਾਨੂੰ ਦਿਖਾਈ ਆ, ਜਿਹੜੇ ਬਾਈ ਦੀ ਆਪਣੀ 'ਤੇ ਆਪਾਂ ਤੁਹਾਨੂੰ ਦਿਖਾਈ ਆ, ਠੀਕ ਹੈ ਜੀ। ਆ ਦੇਖ ਸਕਦੇ ਹੋ ਸਾਰਾ ਤੁਸੀਂ, ਇਹ ਆ ਜੀ ਸ਼ਹਿਰ ਮਰੇਕੋਲੇ ਦਾ ਲੋਹਾ ਬਾਜ਼ਾਰ, ਅਤੇ ਆਹ ਚੌਂਕ ਦੇ ਵਿੱਚੋਂ ਤੁਸੀਂ ਇਹ ਬਾਜ਼ਾਰ 'ਚ ਐਂਟਰ ਹੋ ਸਕਦੇ ਹੋ, ਜਿਵੇਂ ਸਾਹਮਣੇ ਚੌਂਕ ਆ ਗਿਆ, ਅਤੇ ਸਾਹਮਣੇ ਆ ਪਿੱਪਲ ਲੱਗਿਆ ਹੋਇਆ, ਇਹ ਪਿੱਪਲ ਤੋਂ ਤੁਸੀਂ ਲੋਹੇ ਬਾਜ਼ਾਰ 'ਚ ਐਂਟਰ ਹੋ ਸਕਦੇ ਹੋ, ਅਤੇ ਬਾਕੀ ਤੁਸੀਂ ਕਮੈਂਟ ਜ਼ਰੂਰ ਕਰਨਾ। ਅਤੇ ਲਓ ਵੀ, ਅਤੇ ਆਹ ਪਿੱਪਲ ਤੋਂ ਤੁਸੀਂ ਇਹ ਬਾਜ਼ਾਰ 'ਚ ਐਂਟਰ ਹੋ ਸਕਦੇ ਹੋ, ਅਤੇ ਇੱਥੋਂ ਮੈਂ ਤੁਹਾਨੂੰ ਐਗਜੈਕਟ ਲੋਕੇਸ਼ਨ ਜਿਹੜੀ ਦੱਸਤੀ, ਅਤੇ ਇੱਧਰ ਰਹਿ ਗਿਆ ਜੀ ਆਹ ਸਦਰ ਬਾਜ਼ਾਰ, ਅਤੇ ਆਹ ਹੈਗਾ ਲੋਹਾ ਬਾਜ਼ਾਰ, ਅਤੇ ਬਾਕੀ ਕਮੈਂਟ ਜ਼ਰੂਰ ਕਰਨਾ। ਅਤੇ ਠੀਕ ਆ ਜੀ, ਧੰਨਵਾਦ। ਹਾਂਜੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਸ਼ਹਿਰ ਮਰੇਕੋਲੇ ਦਾ ਲੋਹਾ ਬਾਜ਼ਾਰ ਦਿਖਾਇਆ, ਅਤੇ ਜਿਹੜਾ ਕਿ ਸਦਰ ਬਾਜ਼ਾਰ ਦੇ ਨਾਲ ਹੀ ਪੈ ਜਾਂਦਾ, ਅਤੇ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰ